ਬ੍ਰੇਕ ਤੋਂ ਬਾਅਦ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਜੀ। ਹੁਣ ਸਮਾਂ ਤੁਹਾਡੀ ਫੋਨ ਕਾਲਸ ਲੈਣ ਦਾ, ਤੁਹਾਡੇ ਫੀਡਬੈਕਸ, ਤੁਹਾਡੇ ਸੁਝਾਵ ਔਰ ਕੀ ਕੁਝ ਕਨਕਲੂਜਨ ਅਸੀਂ ਕੱਢ ਸਕਦੇ ਹਾਂ ਇਸ ਮੁੱਦੇ ਦੇ ਮੁਤਲਕ, ਜ਼ਰੂਰ ਜਾਣਨਾ ਚਾਹਾਂਗਾ। ਲੈਂਦੇ ਹਾਂ ਅਸੀਂ ਪਹਿਲੀ ਕਾਲ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਕਾਲਰਸ ਕੀ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਜਗਜੀਤ ਸਿੰਘ ਫਰੋਮ ਸ਼ਿਕਾਗੋ। ਜੀ ਜੀ, ਕੀ ਕਹਿਣਾ ਚਾਹੋਗੇ ਜਗਜੀਤ ਸਿੰਘ ਜੀ? ਇਹੋ ਜਿਹੀ ਖਬਰ ਆਵੇ ਤੇ ਬੜਾ ਦੁੱਖ ਲੱਗਦਾ ਹੈਗਾ ਜੀ, ਮਗਰ ਅਸੀਂ ਅੱਗੇ ਵਧਣਾ ਜੀ ਜੀ, ਆਪਣੇ ਆਪ ਨੂੰ ਹੌਸਲਾ ਦੇ ਕੇ ਆਪਣੀ ਕਮਿਊਨਿਟੀ ਨੂੰ ਵੀ ਜੀ, ਕਿ ਇਹ ਓਵਰਕਮ ਕੀਤਾ ਜਾਏ ਜੀ। ਇਹ ਇਨਵੈਸਟੀਗੇਸ਼ਨ ਚੱਲਣ ਦੇ, ਦੇਖੀਏ ਕੀ ਨਿਕਲਦਾ ਹੈਗਾ, ਕਿਉਂ ਉਹਨਾਂ ਨੇ ਬਲੈਕ ਹੁੱਡ ਪਾਏ ਹੈ ਜੀ। ਇਹ ਪ੍ਰੀ ਮੈਡੀਟੇਟਡ ਵੀ ਹੋ ਸਕਦੀ ਹੈਗੀ ਆ ਜੀ, ਕੋਈ ਦੁਸ਼ਮਣੀ ਵੀ ਹੋ ਸਕਦੀ ਜੀ, ਪਰ ਇਹਨੂੰ ਸੋਲਵ ਕਿੱਦਾਂ ਕਰਨਾ? ਕਿ ਅਸੀਂ ਆਰਗੇਨਾਈਜੇਸ਼ਨ ਕਾਫੀ ਬਣਾਈ ਹੈ ਕਿ ਅਸੀਂ ਪ੍ਰੀਵੈਂਟ ਕਰੀਏ, ਅਸੀਂ ਟੇਕ ਕੇਅਰ ਕਰੀਏ ਜੀ। ਲਾਇਰਸ ਹੈਗੇ ਆ ਤੇ ਕਾਫੀ ਸਾਡੇ ਰਾਈਟਸ ਫਾਈਟ ਕਰਨ ਨੂੰ ਹੈਗੇ ਆ ਜੀ, ਮਗਰ ਪ੍ਰੀਵੈਂਸ਼ਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਜੀ? ਅਸੀਂ ਅਗਰ ਜਿਸ ਤਰ੍ਹਾਂ ਪਹਿਲਾਂ ਡਾਕਟਰ ਕਾਂਗ ਨੇ ਵੀ ਕਿਹਾ ਹੈਗਾ ਜੀ, ਕਿ ਅਸੀਂ ਆਪਣੇ ਜਿਹੜੇ ਅਮਰੀਕਾ ਦੇ ਪ੍ਰੋਬਲਮਸ ਹੈ ਜੀ, ਅਮਰੀਕਾ ਦੇ ਪ੍ਰੋਬਲਮ ਸਾਡੇ ਪ੍ਰੋਬਲਮ ਅਗਰ ਸੋਚ ਲਈਏ ਨਾ ਜੀ, ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਕਿ ਇਹਨਾਂ ਦੇ ਪ੍ਰੋਬਲਮ ਕਿੱਦਾਂ ਅਸੀਂ ਸੋਲਵ ਕਰੀਏ ਜੀ। ਜੀ ਜੀ, ਮੇਰੇ ਐਕਸਪੀਰੀਅੰਸ ਦੇ ਵਿੱਚ ਕਿ ਜਦੋਂ ਤੁਸੀਂ ਇੱਦਾਂ ਕਰਦੇ ਹੋ ਨਾ ਜੀ, ਤੁਹਾਨੂੰ ਕੋਈ ਇਹ ਨਹੀਂ ਪੁੱਛਦਾ ਹੈਗਾ ਕਿ ਤੇਰੀ ਰਿਲੀਜਨ ਕੀ ਹੈਗੀ ਆ ਜੀ, ਤੁਸੀਂ ਪ੍ਰੋਬਲਮ ਸੋਲਵਰ ਬਣ ਜਾਂਦੇ ਹੋ ਜੀ। ਜੀ ਜੀ, ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਮੈਂ ਇੱਥੇ 54 ਸਾਲ ਦਾ ਰਹਿੰਦਾ, 13 ਸਾਲ ਦਾ ਆਇਆ ਸੀਗਾ ਜੀ, ਠੀਕ ਹੈ, ਦੋਨੋਂ ਮੇਰੇ ਬੱਚੇ ਲਾਇਰ ਸੀਗੇ ਜੀ, ਮਗਰ ਕਹਿਣ ਦਾ ਮਤਲਬ ਹੈ ਕਿ ਅਸੀਂ ਅਗਰ ਆਪਣੇ ਆਪ ਨੂੰ ਅਮੈਰੀਕਨ ਸਮਝੀਏ ਜੀ, ਤੇ ਅਸੀਂ ਇਹਨਾਂ ਦੇ ਪ੍ਰੋਬਲਮਸ ਜਿਹੜੇ ਕਿ ਸਾਡੀ ਕਮਿਊਨਿਟੀ 'ਚ ਨਹੀਂ ਹੈਗੇ ਜੀ, ਡਰੱਗਸ ਹੈ ਜੀ, ਵਾਇਲੈਂਸ ਹੈ। ਹੁਣ ਸ਼ਿਕਾਗੋ ਪਿਛਲੇ ਹਫ਼ਤੇ 67 ਬੰਦੇ ਮਾਰੇ ਗਏ ਗਨ ਵਾਇਲੈਂਸ ਦੇ ਜੀ। ਮੇਰੇ ਟੇਬਲ ਦੇ ਉੱਤੇ ਬੈਠੀ ਸੀ, ਗੱਲਬਾਤ ਕਰ ਰਹੀ ਸੀ ਲੰਚ ਰੂਮ ਦੇ, 67 ਜੀ, ਦੈਟਸ ਹੇਟ ਕ੍ਰਾਈਮ ਜੀ। ਬਲੈਸ ਕਹਿੰਦੇ ਤੁਸੀਂ, ਯੂ ਨੋ, ਇਹਨੂੰ ਕਿ ਨਹੀਂ ਹੇਟ ਕ੍ਰਾਈਮ ਕਹਿੰਦੇ ਜੀ? ਹੁਣ ਸ਼ਿਕਾਗੋ 'ਚ ਪ੍ਰੋਸੈਸ਼ਨ ਹੋਇਆ ਜੀ, ਕਿ ਸਾਊਥ ਸਾਈਡ ਤੋਂ ਨੌਰਥ ਸਾਈਡ ਗਏ, ਵੀ ਤੁਸੀਂ ਸਾਡੇ ਪ੍ਰੋਬਲਮ ਤਾਂ ਅਸੀਂ ਸਮਝਦੇ ਨਹੀਂ ਕੁਛ ਜੀ। ਜ਼ਰੂਰਤ ਹੈਗੀ ਹੈ ਕਿ ਜਿਹੜੀਆਂ ਦੂਜਿਆਂ ਦੀ ਪ੍ਰੋਬਲਮ ਹੈ ਉਹ ਅਸੀਂ ਨਿੱਜੀ ਪ੍ਰੋਬਲਮ ਸਮਝੀਏ, ਔਰ ਸ਼ਾਇਦ ਅਸੀਂ ਆਪਣੀ ਖੁਦ ਦੀ ਜ਼ਿੰਮੇਵਾਰੀ ਸਮਝ ਕੇ ਅਹਿਮ ਭੂਮਿਕਾ ਖੁਦ ਦੇ ਕੇ ਯੋਗਦਾਨ ਪਾ ਸਕਦੇ ਹਾਂ ਔਰ ਖਤਮ ਕਰ ਸਕਦੇ ਹਾਂ ਅੱਜ ਇਹ ਹੇਟ ਕ੍ਰਾਈਮਸ ਨੂੰ। ਆਈ ਐਗਰੀ ਓਨ ਦਿਸ ਜੀ, ਖਤਮ 100% ਜੀ, ਆਈ ਡੋਂਟ ਨੋ ਹੋ ਸਕਦੇ ਕਿ ਨਹੀਂ ਜੀ, ਮਗਰ ਯਤਨ ਕੀਤਾ ਜਾ ਸਕਦਾ ਹੈ ਕਿ ਅਸੀਂ ਚਾਹੋਗੇ? ਸਕੂਲਾਂ ਦੇ ਵਿੱਚ ਜ਼ਰੂਰੀ ਹੈ ਕਿ ਜੀ ਅਸੀਂ ਉੱਥੇ ਇਸ ਗੱਲ ਨੂੰ ਪਹੁੰਚਾਈਏ ਔਰ ਦੱਸੀਏ ਕਿ ਅਸੀਂ ਕੌਣ ਹੈਗੇ ਹਾਂ ਔਰ ਕਿਸ ਧਰਮ ਨੂੰ ਬਿਲੋਂਗ ਕਰਦੇ ਹਾਂ, ਕਿਸ ਧਰਮ ਨਾਲ ਸੰਬੰਧਿਤ ਹਾਂ। ਬਿਲਕੁਲ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰੀਕ ਸਿੰਘ ਪੰਨੂ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਜੀ, ਅਮਰੀਕ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਕਿ ਬੜੀ ਬੜੀ ਦੁਖਦੀ ਗੱਲ ਹੈ, ਸਰਾਚੀ ਭਾਈ ਵੀ ਸੁਰਜੀਤ ਸੋਨਾ ਦੇ ਅਟੈਕ ਹੋਇਆ ਜੀ, ਪਰ ਇਹ ਕਿਸੇ ਤੇ ਵੀ ਹੋ ਸਕਦਾ, ਕਦੋਂ ਵੀ ਹੋ ਸਕਦਾ। ਜਿਸ ਤਰ੍ਹਾਂ ਪਿੱਛੇ ਜੇ ਹੈਮਿਲਟਨ ਟਾਊਨ ਦੇ ਵਿੱਚ ਹੀ ਕੈਨੇਡਾ 'ਚ ਹੋਇਆ ਤੇ, ਪਰ ਉੱਥੋਂ ਦੇ ਮੇਅਰ ਨੇ ਅਪੋਲੋਜਾਈ ਕੀਤਾ ਤੇ ਬੜੀ ਸੋਹਣੀ ਗੱਲ ਕੀਤੀ। ਚਲ ਇੱਥੋਂ ਦੀ ਗੱਲ ਹੈ, ਮੈਂ ਸੋਚਦਾ ਵੀ ਜਿੰਨਾ ਚਿਰ ਅਸੀਂ ਬਾਹਰ ਕਮਿਊਨਿਟੀ 'ਚ ਨਿਕਲਦੇ ਨਹੀਂ, ਬਾਹਰ ਨਹੀਂ ਨਿਕਲਦੇ, ਜਿਸ ਤਰ੍ਹਾਂ ਮਤਲਬ ਮੈਂ ਆਪਣੇ ਮਾਣ ਨਹੀਂ ਕਰਦਾ, ਪਰ ਮੈਂ ਇਹ ਵਲੰਟੀਅਰ ਕਰਦਾ, ਹੋਸਪਿਟਲ ਜਾ ਕੇ ਵਲੰਟੀਅਰ ਕਰਦਾ, ਲਾਇਬ੍ਰੇਰੀ ਜਾ ਕੇ ਤੇ ਬਾਕੀ ਸੀਨੀਅਰ ਟੈਂਟ ਵਿੱਚ ਜਾ ਕੇ ਉਹਨਾਂ ਨਾਲ, ਜਿਹੜੀ ਲੋਕਲ ਕਮਿਊਨਿਟੀ ਉਹਨਾਂ ਨਾਲ ਮਿਕਸਅਪ ਹੋਈ ਦਾ ਸਾਂਝ ਬਣਾਉਣੀ ਬਹੁਤ ਜ਼ਰੂਰੀ ਹੈਗੀ ਹੈ ਦੂਜੀ ਕਮਿਊਨਿਟੀਜ਼ ਦੇ ਨਾਲ ਵੀ, ਤਾਂ ਕਿ ਆਪਸੀ ਸਾਂਝ ਦੇ ਵਿੱਚ ਤੁਸੀਂ ਦੱਸ ਸਕੋਗੇ, ਔਰ ਮੈਨੂੰ ਲੱਗਦਾ ਕਿ ਹੌਲੀ ਹੌਲੀ ਅਸੀਂ ਆਪਣੇ ਜਿਹੜੇ ਸਾਡਾ ਟੀਚਾ ਹੈ ਅਸੀਂ ਉੱਥੇ ਪਹੁੰਚ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਤੇ 2005 ਤੋਂ ਮੈਂ ਰਿਟਾਇਰ ਹੋਇਆ ਸੀ, ਉਸ ਦਿਨ ਤੋਂ ਹੀ ਇਸ ਵਲੰਟੀਅਰ ਦੇ ਕੰਮਾਂ 'ਚ ਆਪਣਾ ਜੋ ਕੋਈ ਹੋ ਸਕਦਾ ਸੀ ਇਹ ਕਰਨੀ ਚਾਹੀਦੀ ਆ ਕਮਿਊਨਿਟੀ ਵਿੱਚ, ਆਪਣੀ ਪਹਿਚਾਣ
ਅੱਗੇ ਜਾ ਜਿਹੜਾ ਅਟੈਕ ਉਹਦੇ ਪਤਾ ਨਹੀਂ ਕਦੋਂ ਅਖੀਰ ਕਿਸ ਤੇ ਹੋ ਜਾਣਾ। ਜੀ ਜੀ, ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ। ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਹੋਰ ਵੀ ਕਾਲਰਸ ਮੇਰੇ ਨਾਲ ਜੁੜ ਰਹੇ ਨੇ, ਉਹਨਾਂ ਦੇ ਵੀ ਗੱਲ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕਰਮਜੀਤ ਸਿੰਘ ਬੋਲਦਾ ਹਾਂ, ਡੈਲਸ ਫੋਰਟ ਵਰਥ ਤੋਂ। ਜੀ ਜੀ, ਅਮਰੀਕਾ ਦੇ। ਜੀ, ਕੀ ਕਹਿਣਾ ਚਾਹੋਗੇ? ਮੈਂ ਇੱਥੇ ਬਹੁਤ ਜ਼ਿਆਦਾ ਅਸੀਂ ਵਧੀਆ ਢੰਗ ਨਾਲ ਅਵੇਅਰਨੈਸ ਇੱਥੇ ਕੀਤੀ ਹੈ ਸਿੱਖਾਂ ਦੀ ਟਰਬਨ ਬਾਰੇ, ਜਿਹੜੀ ਕਿ ਸਾਰੇ ਸ਼ਹਿਰਾਂ 'ਚ ਹੋਣੀ ਚਾਹੀਦੀ ਹੈ। ਜੀ ਜੀ, ਮੈਂ ਮਹਿਸੂਸ ਕਰਦਾ ਹੈ ਕਿ ਕੈਲੀਫੋਰਨੀਆ ਫਰੀਡਨੋ 'ਚ 6 ਦਫ਼ਾ ਉੱਥੇ ਸਿੱਖਾਂ 'ਤੇ ਅਟੈਕ ਹੋਇਆ। ਜੀ, ਅਸੀਂ ਉੱਥੇ ਕੋਸ਼ਿਸ਼ ਨਹੀਂ ਕੀਤੀ ਮੈਂ ਤਾਂ, ਪਰ ਲੋਕਾਂ ਨੇ ਕੋਪਰੇਟ ਨਹੀਂ ਕੀਤਾ। ਪਰ ਇਸ ਸ਼ਹਿਰ 'ਚ ਮੈਨੂੰ 3 ਸਾਲ ਹੋ ਗਏ ਆ, ਸਾਰੇ ਗੁਰਦੁਆਰੇ ਕੋਪਰੇਟ ਕਰਦੇ ਆ। ਜੀ ਜੀ, ਔਰ ਅਸੀਂ ਕਾਮਯਾਬ ਹੈ ਸਰਦਾਰ ਬਹਾਦਰ, ਪੂਰੇ ਕਾਮਯਾਬ ਆ। ਸਭ ਤੋਂ ਵੱਡਾ ਸ਼ਹਿਰ ਹੈ ਇਹ। ਜੀ, ਸਭ ਤੋਂ ਵੱਡੀ ਪਰੇਡ ਹੁੰਦੀ ਹੈ। ਜੀ, 4 ਮੀਲ ਚ ਹੁੰਦੀ ਹੈ। ਜੀ, 10 ਲੱਖ ਲੋਕ ਸਾਨੂੰ ਵੇਖ ਰਹੇ ਹੁੰਦੇ ਗੋਰੇ। ਜੀ, ਵੈਟਰਨ ਡੇ ਪਰੇਡ ਤੇ ਇੰਡੀਪੈਂਡੈਂਸ ਡੇ ਪਰੇਡ। ਔਰ ਬਹੁਤ 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 ਵਧੀਆ ਗੱਲ ਹੈ ਜੀ, ਇਸੇ ਤਰੀਕੇ ਨਾਲ ਬੋਲ ਬਾਲਾ ਕਰਦੇ ਰਹੋਗੇ ਵੀ ਜੀ, ਕਿ ਅਸੀਂ ਆਈਡੈਂਟੀ ਦੂਜਿਆਂ ਸ਼ਹਿਰਾਂ ਚ ਫੈਲਾਉਣ ਚ ਆਪਦੇ ਆਪ ਫੇਲ ਹੋਏ ਆ। ਅਸੀਂ ਗੁਰਦੁਆਰਾ ਤੱਕ ਸੀਮਤ ਹੋਏ ਪਏ ਆ। ਜੀ, ਅਸੀਂ ਇਹਨਾਂ ਦੇ ਫੰਕਸ਼ਨਾਂ ਵਿੱਚ, ਖਾਸ ਕਰ ਇੰਡੀਪੈਂਡੈਂਸ ਡੇ ਪਰੇਡ, ਵੈਟਰਨ ਡੇ ਪਰੇਡ ਔਰ ਕ੍ਰਿਸਮਸ ਵੇਲੇ ਹਾਜ਼ਰ ਹੋਈਏ ਪੱਗਾਂ ਬੰਨ ਕੇ। ਅਸੀਂ 200 ਬੰਦਾ ਹੁੰਦੇ ਆ, 2 ਫਲੋਟ ਹੁੰਦੇ ਆ। ਬਹੁਤ ਬਹੁਤ ਜ਼ਰੂਰੀ, ਬਹੁਤ ਬਹੁਤ ਜ਼ਰੂਰੀ ਤੁਸੀਂ ਗੱਲ ਲੋਕਾਂ ਨੂੰ ਸੰਗਤ ਨੂੰ ਦੱਸ ਰਹੇ ਹੋ ਕਿ ਸਾਨੂੰ ਪਹੁੰਚਣਾ ਚਾਹੀਦਾ ਹੈ ਉਹਨਾਂ ਦੇ ਹਰ ਪ੍ਰੋਗਰਾਮ ਦੇ ਵਿੱਚ। ਔਰ ਜਦ ਅਸੀਂ ਖੁਸ਼ ਹੁੰਦੇ ਹਾਂ ਕਿ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਹਨ, ਤਾਂ ਇਹ ਸਾਡੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਵੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰੀਏ। ਜੀ ਬਿਲਕੁਲ, ਅਸੀਂ ਆਈਡੈਂਟੀ ਫੈਲਾਉਣ 'ਚ ਆਪਦੇ ਆਪ ਅਸੀਂ ਕਮਜ਼ੋਰ ਹਾਂ। ਸਾਨੂੰ ਇਕੱਠੇ ਹੋ ਕੇ ਤੁਰਨਾ ਚਾਹੀਦਾ, ਇਸ ਮੁਲਕ ਦੇ ਬਸ਼ਿੰਦੇ ਹਾਂ ਅਸੀਂ। ਜੀ ਜੀ, ਸਾਡਾ ਯੋਗਦਾਨ ਦੁਨੀਆਂ ਨੂੰ ਸ਼ਾਂਤੀ ਦੇਣ 'ਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ। ਵਰਲਡ ਵਾਰ 'ਚ ਅਸੀਂ ਮੂਹਰੇ ਹੋ ਕੇ ਲੜੇ ਹਾਂ, ਸਾਡੀ ਉਹ ਤਾਰੀਫ ਕਰਦੇ ਆ, ਪੂਰੇ ਸਟੇਜ ਤੋਂ ਤਾਰੀਫ ਕਰਦੇ ਸਾਡੀ। ਜੀ, ਮੈਂ ਇੱਕ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਆਪਣੀ ਗੱਲ ਰੱਖੀ। ਮੈਂ ਇੱਥੇ ਇੱਕ ਛੋਟੇ ਜਿਹੇ ਆਂਕੜਾ ਹੈ ਮੇਰੇ ਕੋਲ ਹੈਗਾ ਜੀ, ਜਿਹੜਾ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਿੱਖਾਂ ਨੇ ਕਿੰਨੀ ਪਰਸੈਂਟ ਔਰ ਕਿੰਨਾ ਪਰਸੈਂਟ ਆਪਣੀ ਭੂਮਿਕਾ ਨਿਭਾਈ ਹੈ ਇਕਾਨਮੀ ਨੂੰ ਸੁਧਾਰਨ ਦੇ ਲਈ ਔਰ ਇਕਾਨਮੀ ਨੂੰ, ਅਮੈਰੀਕਾ ਦੀ ਇਕਾਨਮੀ ਨੂੰ ਅੱਗੇ ਲਿਜਾਉਣ ਦੇ ਲਈ। ਲੇਕਿਨ ਦੱਸਾਂਗਾ ਇਹ ਤੁਹਾਨੂੰ ਆਂਕੜੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ।